ਲੈ ਲੈ ਲਓ ਜੀ, ਪ੍ਰਾਹੁਣਿਆਂ ਦੀ ਤਿਆਰੀਆਂ ਹੋ ਰਹੀਆਂ ਫੁੱਲ ਸਪੀਟਾਂ ਤੇ। ਅੱਜ ਆ ਰਿਹਾ ਭਰਾ ਇਹਦਾ ਤੇ ਭਾਬੀ ਇਹਦੀ। ਅੱਜ ਆ ਰਹੇ ਆ ਜੀ ਪ੍ਰਾਹੁਣੇ। ਹਾਂਜੀ ਮੇਰੀ ਭਾਬੀ ਆ ਰਹੀ ਹੈ, ਪਹਿਲੀ ਵਾਰੀ ਆ ਰਹੇ ਪ੍ਰਾਹੁਣੇ ਅੱਜ। ਜੀ ਇਹ ਆ ਗਏ ਆ, ਲੈ ਕੇ ਪਤਾ ਨਹੀਂ ਕੀ ਆਏ ਆ। ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਵੈਲਕਮ ਬੈਕ ਮਾਈ ਨਿਊ ਬਲੌਗ। ਲਓ ਜੀ ਅਸੀਂ ਫਿਰ ਆ ਗਏ ਹਾਂ ਜੀ ਰੰਗ ਵਾਲੇ ਕੱਪੜਿਆਂ ਵਿੱਚ, ਕਿਉਂਕਿ ਅੱਜ ਜਿਹੜਾ ਦਿਨ ਦਾ ਕੰਮ ਉਹ ਕੰਪਲੀਟ ਕਰਨਾ ਆ। ਅਤੇ ਬਹੁਤ ਸਾਰੇ ਕਮੈਂਟ ਸੀ ਅਤੇ ਉਹਨਾਂ ਦੇ ਵੀ ਥੋੜ੍ਹੇ ਜਵਾਬ ਦੇਵਾਂਗੇ ਆਪਾਂ ਅਤੇ ਰਿਪਲਾਈ ਕਰਾਂਗੇ ਸਾਰਿਆਂ ਦੇ। ਇੱਦਾਂ ਬਲੌਗ ਨਾਲ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਪੈਰਾਂ ਜਿਹਾ ਕਮੈਂਟ ਕਰਿਓ। ਇੱਧਰ ਖਾ ਹੋ ਰਿਹਾ ਹੈ ਜੀ ਦਹੀਂ, ਮੂੰਹ ਦਿਖਦਾ ਵੇੜਿਆ। ਇੱਧਰ ਸਵੇਰੇ ਸਵੇਰੇ ਦਹੀਂ ਖਾ ਹੋ ਰਿਹਾ ਆ, ਉੱਧਰ ਚੱਲ ਰਿਹਾ ਕੰਮ। ਦੇਖੋ ਇਹ ਕਰਨ ਦੇ ਆ ਕੰਮ, ਸੀਮੈਂਟ ਘੋਲਿਆ ਫਿਰ ਇਹਨਾਂ ਨੇ, ਕਿਉਂਕਿ ਉਹ ਰਹਿੰਦਾ ਸੀ ਸੀਮੈਂਟ ਲਗਾਉਣ ਵਾਲਾ ਅਤੇ ਉੱਥੇ ਲਾਉਂਦੇ ਆ ਇਹ ਸੀਮੈਂਟ। ਅਤੇ ਜੇ ਇਰਾਦਾ ਬਣਿਆ ਤਾਂ ਇੱਕ ਖਾਨਾ ਵੀ ਅਸੀਂ ਪੂਰ ਦੇਣਾ ਆ ਅੱਜ, ਬਾਕੀ ਇਹ ਤੁਹਾਨੂੰ ਪਤਾ ਹੀ ਆ। ਤੁਸੀਂ ਇਹਦੀ ਤਾਂ ਅਲਮਾਰੀ ਬਣਾਉਣੀ ਆ, ਉੱਪਰਲਾ ਕਹਿੰਦੀ ਮੈਂ। ਬਹੁਤ ਸਾਰੇ ਕਮੈਂਟ ਆਏ ਕਿ ਤੁਹਾਡਾ ਕਮਰਾ ਬਹੁਤ ਸੋਹਣਾ ਲੱਗਣ ਦਿਆ ਆ ਇੰਨਾ ਕੰਮ ਕਰਨ 'ਤੇ। ਹਲੇ ਅੱਗੇ ਅੱਗੇ ਦੇਖਿਓ ਅਸੀਂ ਬਹੁਤ ਕੁਛ ਕਰਨਾ ਇਸ ਕਮਰੇ ਵਿੱਚ, ਅਤੇ ਵਧੀਆ ਵਧੀਆ ਕਰਾਂਗੇ ਜੋ ਸਾਡੇ ਤੋਂ ਹੋਇਆ। ਅਤੇ ਅਲਮਾਰੀ ਬਣਾ ਕੇ ਤਾਂ ਵਿੱਚ ਕੁਛ ਲਾਵਾਂਗੇ ਵੀ, ਉਹਦੇ ਤੋਂ ਬਾਹਰ ਵੀ ਕੁਛ ਲਾਵਾਂਗੇ। ਇੱਦਾਂ ਚੈਨਲ ਨਾਲ ਬਣੇ ਰਹੋ, ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਹੈਂ ਗੇਟ ਮੋੜ ਖੋਲ ਲਈ। ਅੱਛਾ ਠੀਕ ਆ, ਇਹ ਗਏ ਆ ਬਾਹਰ। ਅਤੇ ਮੈਂ ਕਿਹਾ ਹੁਣ ਅੱਜ ਕਰ ਮੈਂ ਇੱਥੇ ਇੱਥੇ ਇੱਥੋਂ ਲੈ ਕੇ ਤੱਕ ਇੱਥੇ ਤੱਕ ਰੰਗ ਕਰ ਲਵਾਂ, ਕਿਉਂਕਿ ਉਧਰਲੇ ਸਾਈਡ ਦਾ ਨਾ ਕਿ ਉਧਰਲੇ ਸਾਈਡ ਖਾਨਾ ਭਰਨਾ ਆ ਅਤੇ ਉੱਥੇ ਪੁੱਟੀ ਵੀ ਫਰਨੀ ਆ, ਅਤੇ ਇੱਥੇ ਹੋ ਗਈ ਆ ਪੁੱਟੀ, ਅਤੇ ਇੱਥੇ ਮੈਂ ਕਿਹਾ ਰੰਗ ਕਰ ਲਵਾਂ, ਇੰਨਾ ਕਲੀਅਰ ਕਰ ਦੇਵਾਂ। ਅਤੇ ਹੁਣ ਮੈਂ ਲੱਗੀ ਹਾਂ ਰੰਗ ਕਰਨ। ਬਾਕੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਡਬਲ ਕੋਡ ਇੱਧਰ ਵੱਜ ਗਿਆ, ਇੱਧਰ ਸਿੰਗਲ ਵੱਜ ਗਿਆ ਆ। ਪਿਆਜ ਕੱਟ ਹੁੰਦੇ ਪਏ ਇੱਧਰ ਇੱਧਰ, ਦੱਸੂ ਤੰਗ ਕਰਦੀ ਆ। ਤੁਸੀਂ ਮੇਰੀ ਗੱਡੀ ਦੇਖੀ ਹੋਊਗੀ, ਮੰਮਾ ਨੇ ਗੱਡੀ ਫੜਾਓ। ਚੰਗੀ ਇਹਦੇ ਲੰਗਰ ਲਾਉਣਾ ਤੁਸੀਂ, ਲੰਗਰ ਲਾਉਣਾ ਪੇਪਰ ਹੋਣਾ ਕਮਰੇ ਦੇ ਲਾਉਣ ਨੂੰ ਮੈਨੂੰ ਲੱਗਦਾ। ਐਡਾ ਵਾਲ ਪੇਪਰ ਲਿਆ ਦਾ, ਗੈਸ ਕਰ ਲਿਆ, ਬਾਹਰ ਤਾਂ ਨਹੀਂ ਲਾਉਣਾ ਕਿਤੇ, ਗੈਸ ਬਾਹਰ ਉੱਪਰ ਕਿਤਾ ਤਾਂ ਹੋਰ, ਮੈਨੂੰ ਪਤਾ ਵਾਲ ਪੇਪਰ ਹੀ ਹੋਣਾ ਕਮਰੇ ਦੇ, ਤੁਸੀਂ ਕਹਿੰਦੇ ਲਾ ਦਿੰਦੇ ਆ ਹੋਰ ਕੀ। ਜੇ ਤਾਂ ਬੁੱਝ ਲਿਆ ਫੇਕ ਮਿਲਣਾ, ਸੋ ਮਿਲ ਜਾਣਾ। ਆਹੋ ਸੱਦੇ ਹੱਥ ਨੂੰ
ਤੁਹਾਨੂੰ ਪਤਾ ਜਿਹੜਾ ਤਾਂ ਬੁੱਝ ਨਹੀਂ ਹੁੰਦਾ ਹੁੰਦਾ ਕਰਤੇ ਵੀ ਆ ਲਓ ਜੀ ਇੱਧਰ ਰੱਖੀ ਮੈਂ ਕਰਾਉਂਦੀ ਹੈ ਫਿਰ ਪਹਿਲਾਂ ਮੈਂ ਕਰਾਉਂਦੀ ਖਾ ਲਈਏ ਜੀ ਰੰਗ ਇੱਥੇ ਕਿਉਂਕਿ ਇੱਧਰ ਤਾਂ ਪੱਟੀ ਲੱਗਣੀ ਆ ਪੱਟੀ ਸਾਡੀ ਹੋ ਗਈ ਆ ਖਤਮ ਅਤੇ ਉਹ ਲੈ ਕੇ ਆਉਣੀ ਪੈਣੀ ਆ ਅਤੇ ਇਸ ਕਰਕੇ ਮੈਂ ਕਿਹਾ ਚਲੋ ਮੈਂ ਇੱਧਰ ਰੰਗ ਕਰ ਦਿੰਦੀ ਹਾਂ ਉਹਨਾਂ ਚਿੱਕਰ ਇਹ ਹੁਣੇ ਹੀ ਆ ਗਏ ਸੀ ਜੀ ਆਪਣੇ ਕੰਮ ਤੋਂ ਕੰਮ ਗਏ ਸੀ ਇਹ ਅਤੇ ਹੁਣ ਆਪਾਂ ਲੱਗੇ ਹਾਂ ਜੀ ਕਰਨਾ ਰੰਗ ਕੰਧ ਬਸ ਅਤੇ ਅੱਜ ਮੈਨੂੰ ਲੱਗਦਾ ਕਮਰਾ ਜਿੱਦਾਂ ਨਾ ਕੰਪਲੀਟ ਦਾ ਹੋ ਜਾਣਾ ਸੀ ਰੰਗ ਦਾ ਅਤੇ ਉੱਪਰ ਜਿਹੜੀਆਂ ਇੱਟਾਂ ਲਾਉਣ ਵਾਲੀਆਂ ਪਈਆਂ ਆ ਅਤੇ ਉਹ ਇੱਟਾਂ ਲਾ ਕੇ ਮੈਂ ਕਹਿੰਦੀ ਇੱਟਾਂ ਨਾ ਲਾ ਦੀ ਉੱਪਰ ਵੀ ਅੱਜ ਸੁਨਮ ਸਰਾਨ ਪਈ ਹੋਈ ਆ ਮੰਮੀ ਹੁਣੀ ਗਏ ਆ ਜੀ ਬਾਂਡੇ ਛਾਂਡੇ ਡੈਡੀ ਤੇ ਮੰਮੀ ਹੁਣੀ ਤੇ ਉਹਨਾਂ ਨੇ ਪਤਾ ਨੀ ਹੁਣ ਕਦੋਂ ਆਉਣਾ ਆ ਕਦੋਂ ਆਉਣਾ ਮੰਮੀ ਹੁਣਾਂ ਨੇ ਲੈ ਕਹਿੰਦੀ ਦਾਦੀ ਨੂੰ ਕਹਿ ਦਿਓ ਤੁਸੀਂ ਆਓਗੇ ਫੇਰ ਸਕੂਲੇ ਜਾਣਾ ਸੈਰ ਕਹਿੰਦੀ ਬਹੁਤ ਸੋਹਣੀ ਅਗਲਾ ਬਹੁਤ ਸੋਹਣੀ ਹੁਣ ਅਸੀਂ ਖਾ ਕੇ ਹਟੇ ਸੀ ਜੀ ਮਕਰੋਨੀ ਮਕਰੋਨੀ ਖਾਓਗੇ ਵਿਹਲੇ ਹੋਏ ਹਾਂ ਹੁਣ ਤੇ ਹੁਣ ਸਿਰ ਮਿੱਟੀ ਪੈ ਕੇ ਬੁਰਾ ਹਾਲ ਹੋ ਗਿਆ ਸਿਰ ਦਾ ਸਿਰ ਵੀ ਧੋਣ ਵਾਲਾ ਹੋ ਗਿਆ ਹੁਣ ਧੋਣਾ ਪੈਣਾ ਆ ਮੈਂ ਤਾਂ ਅੱਜ ਮਿੱਟੀ ਦਾ ਕੰਮ ਮੈਨੂੰ ਨਿਬੜੀ ਜਾਵੇ ਸਿਰ ਫਿਰ ਮੈਂ ਧੋਣ ਵਾ ਉਹਦੇ ਕੰਮ ਸੱਟ ਲੱਗ ਉਹਨੇ ਸੱਟ ਲੱਗੀ ਆਏ ਓਏ ਡਰਾਮੇ ਦੇ ਤਾਂ ਕਿੱਥੇ ਖੜੀ ਆ ਇਹਨੂੰ ਹੈਗੀ ਆ ਕੱਲ ਮਾੜੀ ਮੋਟੀ ਦੰਦ ਨਿਕਲਦੇ ਰਹੇ ਜਿਹੜੇ ਕੱਟੇ ਨਾ ਚਾਰ ਦੰਦ ਉਹ ਵੀ ਬਾਹਰ ਆ ਜਾਣੇ ਆਹੋ ਤੁਸੀਂ ਸਾਰਿਆਂ ਦੱਸਿਓ ਦਾਦੂ ਦਾਦੀ ਬਿਨਾ ਤੁਹਾਨੂੰ ਕਿੱਦਾਂ ਲੱਗਣ ਦੇ ਅੱਜ ਸਾਨੂੰ ਸੁਣ ਸੁਣਾਉਣ ਪਈ ਪਈ ਪੂਰੀ ਤਰ੍ਹਾਂ ਤੁਸੀਂ ਦੱਸਿਓ ਹੁਣ ਹਾਸੇ ਨੀ ਪੈਂਦੇ ਪਏ ਨਾ ਮੰਮੀ ਡੈਡੀ ਤਾਂ ਹਾਸੇ ਬੋਲੇ ਰਹਿੰਦੇ ਮਾਤਾ ਨੇ ਹਾਸੇ ਪਾਈ ਜਾਣੇ ਜਿਹੜਾ ਤਾਂ ਸੁਣ ਸੁਣਾਉਣ ਲੱਗਣ ਦੇ ਹੀ ਆ ਚਾਹ ਪਲਾਉਂਗਾ ਕਿ ਨਹੀਂ ਜੀ ਤੇ ਆਪਾਂ ਹੁਣ ਕਰੀਏ ਤੇ ਆਪਾਂ ਜਿਹੜਾ ਉੱਥੇ ਲਿਆਂਦਾ ਸੀਗਾ ਉਹ ਹੈਗੇ ਆਪਣੇ ਹੁਣ ਲੈ ਆਂਦਾ ਪਤਾ ਨਹੀਂ ਹੁਣ ਕੀ ਆ ਇਹ ਮੈਨੂੰ ਤਾਂ ਵਾਲਪੇਪਰ ਹੀ ਲੱਗਦੇ ਆ ਤੇ ਇਹ ਕਹਿੰਦੇ ਆ ਇਹ ਬਹੁਤ ਅਲੱਗ ਚੀਜ਼ ਆ ਸਾਰੇ ਅਲੱਗ ਚੀਜ਼ ਵਾਲਪੇਪਰ ਹੀ ਲੱਗਦੇ ਆ ਬਾਅਦ ਕੀ ਜਾ ਤੂੰ ਓਪਨ ਕਰਨ ਲੱਗੇ ਚਲੋ ਕਰੋ ਫੇ ਕਰੋ ਫੇਰ ਪਾਂਡਾ ਓਏ ਡਾ 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 ਆ ਲੈ ਵਾਲਪੇਪਰ ਪਾਂਡੇ ਸਾਨੂੰ ਨਹੀਂ ਪਤਾ ਪਾਂਡੇ ਕਿੱਦਾਂ ਹੁੰਦੇ ਆ ਹਾਂ
ਵਾਲਪੇਪਰ ਹੁਣੇ ਆ, ਭਾਂਡੇ ਲੈ ਕੇ ਆ ਇੱਥੇ। ਤੁਹਾਨੂੰ ਕੋਈ ਖਰੀਦਣ ਦਾ ਹੀ ਪਤਾ ਭਾਂਡੇ? ਜਿਪ ਲੱਗੀ ਆ, ਇਹ ਪਤਾ ਨੀ ਵਾਲਪੇਪਰ ਕਾਫੀ ਟਾਈਮ ਦੇ ਸੀਗੇ, ਟਾਈਮ ਦੇ ਨਿਕਲਿਆ ਕੋਈ ਹੋਰ ਹੀ ਇਹ ਆਈ ਦਿਮਾਗ ਮੇ ਬਾਤ ਕਿਆ ਹੈ, ਗੱਡੀ ਕੇ ਮੈਟ ਹੈ ਜੀ, ਬਾਂਡੇ ਬਾਂਡੇ ਪਾਪਾ ਕਹਿੰਦੇ ਬਾਂਡੇ ਹਜੇ ਬਾਂਡੇ ਪਾਪਾ ਇਹ ਤੇ ਵਧੀਆ ਜਾਂ ਘਟੀਆ ਜਾ, ਇਹ ਆਕੜੇ ਬੜੇ ਆ, ਇਹ ਤੁਹਾਡੇ ਵਾਂਗੂ ਆਕੜੇ ਵੇਦੇ ਹੈ। ਮੈਂ ਕਹਿੰਦੀ ਦੋਸਤੋ ਤੇ ਹੁਣ ਮੈਂ ਚਾਹ ਬਣਾ ਕੇ ਦੇਣ ਲੱਗਾ ਅਮਨ ਨੂੰ, ਅਮਨ ਦੀ ਤਬੀਅਤ ਠੀਕ ਨਹੀਂ ਹੈਗੀ, ਸਿਰ ਦੁਖਣ ਦਿਆ ਆ, ਤੇ ਹੁਣ ਮੈਂ ਚਾਹ ਬਣਾ ਕੇ ਦੇਣ ਲੱਗਾ ਆ, ਤੇ ਚਾਹ ਬਣਾ ਕੇ ਦੇਣ ਗਏ ਆਪਾਂ ਚਾਹ ਪੀਣੀ ਆ ਵਧੀਆ ਜਿਹੀ ਬਣਾ ਕੇ। ਤੁਸੀਂ ਇੱਦਾਂ ਸਾਰਿਆਂ ਨੇ ਵਲੋਗ ਨਾਲ ਬਣੇ ਰਹੋ, ਤੇ ਜਿਨ੍ਹਾਂ ਨੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਲਿਓ, ਤੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਉਹ ਲਾਈਕ ਕਰ ਲਿਓ, ਤੇ ਪਿਆਰਾ ਜਿਹਾ ਕਮੈਂਟ ਕਰ ਦਿਓ। ਝਾੜੂ ਫੇਰ ਲਓ ਤੇ ਰੰਗ ਕਰ ਲਓ, ਹੁਣ ਰੰਗ ਰੰਗੀ ਕਰੋ ਕਰੀ ਜਾਣਾ। ਅੱਜ ਆ ਰਹੇ ਆ ਜੀ ਪ੍ਰਾਹੁਣੇ, ਪਹਿਲੀ ਵਾਰੀ ਆ ਰਹੇ ਪ੍ਰਾਹੁਣੇ ਆ ਜੀ। ਤੇ ਜਿਹੜਾ ਇੱਕ ਮੈਰਿਜ ਬਲੌਗ ਆ ਤੇ ਇੱਕ ਇਹ ਵਾਲਾ ਬਲੌਗ ਆ, ਤੇ ਇਹ ਥੋੜੀ ਜਿਹੀ ਵਿੱਚ ਰੁਕਾਵਟ ਆ ਰਹੀ ਆ ਕੋਈ, ਤੇ ਉਹਦੇ ਕਰਕੇ ਆਪਾਂ ਨਹੀਂ ਪਾ ਰਹੇ, ਤੇ ਉਹਦੇ ਲਈ ਸੋਰੀ। ਤੇ ਜੇ ਉਹ ਰੁਕਾਵਟ ਦੂਰ ਹੋ ਗਈ ਤੇ ਆਪਾਂ ਤੁਹਾਡਾ ਬਲੌਗ ਅਪਲੋਡ ਕਰ ਦਾਂਗੇ, ਨਹੀਂ ਤਾਂ ਫਿਰ ਨਹੀਂ ਅਪਲੋਡ ਹੋਣਾ, ਕਿਉਂਕਿ ਸਾਫ਼ ਹੀ ਤੁਹਾਨੂੰ ਦੱਸ ਦਈਏ ਜੇ ਹੋਇਆ ਤਾਂ ਫਿਰ ਕਰ ਦਾਂਗੇ, ਜੇ ਮਨਜ਼ੂਰੀ ਹੋਈ ਤਾਂ ਕਰ ਦਾਂਗੇ। ਕਿਉਂਕਿ ਥੋੜਾ ਦਿੱਕਤ ਆ ਰਹੀ ਆ ਲਵ ਮੈਰਿਜ ਦੀ, ਇਸ ਕਰਕੇ ਉਹਦੇ ਵਿੱਚ ਪ੍ਰੋਬਲਮ ਦਾ ਖੜੀ ਹੋ ਰਹੀ ਆ ਥੋੜੀ ਜਿਹੀ, ਇਸ ਕਰਕੇ ਨਹੀਂ ਪਾ ਰਹੇ। ਤੇ ਬਾਕੀ ਦੇਖਦੇ ਆ ਹੁਣ ਜਿੰਨਾ ਵੀ ਹੋ ਸਕਿਆ ਤੁਹਾਨੂੰ ਦਿਖਾਵਾਂਗੇ, ਤੇ ਤੁਸੀਂ ਸਾਰਿਆਂ ਨੇ ਇੱਦਾਂ ਬਲੌਗ ਨਾਲ ਬਣੇ ਰਹੋ, ਤੇ ਆਪਾਂ ਹੁਣ ਇੰਨੀ ਕੁ ਗੰਧ ਕੱਢ ਲਈਏ। ਤੇ ਕਰ ਲਈਏ ਇੰਨਾ ਕੁ ਜਿੰਨਾ ਕੁ ਹੁੰਦਾ ਆ, ਤੇ ਮੈਂ ਇਹਦੇ ਰੰਗ ਨੂੰ ਕਰ ਲੈਣਾ, ਸਮਾਨ ਸਮੂਨ ਵਿੱਚ ਦੇਖਦੇ ਕੀ ਬਣਾਉਣਾ ਆ ਅੱਜ, ਕਿਉਂਕਿ ਉਹ ਵੱਡੀ ਭੈਣ ਦੇ ਜਾਇਆ ਸੀ ਤੇ ਹੁਣ ਕਹਿੰਦੇ ਤੁਹਾਡੇ ਵੱਲ ਆਉਣਾ ਆ, ਤੇ ਮੈਂ ਕਹਾ ਲੋ ਕੋਈ ਗੱਲ ਨਹੀਂ, ਜਿੱਥੇ ਨਵੀਂ ਚੀਜ਼ ਬਣਾਉਣਾ ਕੀ ਅੱਜ, ਸ਼ਾਹੀ ਪਨੀਰ ਜਿੰਦਾਬਾਦ, ਸ਼ਾਹੀ ਪਨੀਰ ਬਣਾਉਣਾ ਅੱਜ, ਮੈਂ ਨਹੀਂ ਖਾਣਾ ਹੁਣ ਮੈਂ ਲਈ ਹੋਈ ਹੋਈ ਤੇਲੇ ਨਹੀਂ ਬਣਾਉਣਾ, ਪਰੋਣਿਆਂ ਨੂੰ ਬਣਾਉਣਾ ਤੂੰ ਨਾ ਖਾਵੀਂ, ਮੈਂ ਕਰਦੀ ਨੀ ਮੈਂ ਆਪੇ ਰਾਂਝਾ ਹੋਈ, ਸੱਦੋ ਨੀ ਮੈਨੂੰ ਰਾਂਝਾ ਪਾਈ, ਰਾਂਝਾ ਹੋਈ ਤੂੰ ਚੱਕਣਾ ਤਾਂ ਸਹੀ ਚੱਕਣਾ, ਆ ਦੇਖਿਓ ਤਾਂ ਜੀ ਰੰਗ ਕਿੱਦਾਂ ਦਾ ਹੋਇਆ, ਇੱਕ ਬੈਡ ਇੱਧਰ ਹੋ ਗਿਆ ਆ ਤੇ ਆ ਹੁਣ ਕਰਨ ਲੱਗੇ ਆ, ਤੇ ਇਹ ਕਹਿੰਦੇ ਮੈਂ ਝਾੜੂ ਫੇਰ ਲਵਾਂ ਪਹਿਲਾਂ, ਇਧਰੋਂ ਕੰਮ ਸਾਡਾ ਹੋ ਗਿਆ ਕੰਪਲੀਟ ਸਾਰਾ ਹੀ, ਤੇ ਹੁਣ ਆਪਾਂ ਇੱਧਰ ਬੈਡ ਲਾਉਣਗੇ ਸਾਰੇ, ਇੱਥੇ ਕਰੀਏ ਬਰਾਬਰ, ਹੋਰ ਫਿਰ ਦੇ ਕੰਮ ਨਿਬੜਨਾ ਆ, ਸਾਰੇ ਕਹਿੰਦੇ ਬਹੁਤ ਟਾਈਮ ਹੋ ਗਿਆ
ਹੁਣ ਅਸੀਂ ਕਿਹਾ ਜਲਦੀ ਜਲਦੀ ਨਵੇੜੀ ਦਈਏ। ਇੱਦਾਂ ਦੀ ਲੁੱਕ ਨਿਕਲੀ ਆ, ਇੱਧਰਲੀ ਸਾਈਡ ਇੱਦਾਂ ਕੰਪਲੀਟ ਕਰਤੀ ਆ ਅਸੀਂ, ਅਤੇ ਬਾਕੀ ਹੁਣ ਰਹਿ ਗਏ ਬਾਲੇ ਅਤੇ ਉੱਤਰਲੀ ਛੱਤ ਰਹਿ ਗਈ ਆ, ਉਹ ਦੇਖਦੇ ਹਾਂ ਕਰਦੇ ਹਾਂ ਕੋਈ ਹੱਲ। ਗਰਮੀ ਬਹੁਤ ਕਰਦੇ, ਬੈੱਡ ਕਰ ਲਈਏ ਉੱਧਰ ਨੂੰ ਟਾਈਮ ਸਿਰ ਜਿੱਦਣ ਹੋਣ ਦਾ ਆ ਕਰਾਵਾਂ। ਬਾਕੀ ਕਮਰਾ ਸੋਹਣਾ ਲੱਗਦਾ ਪਿਆ ਨਾ, ਦੀਵਾਲੀ 'ਤੇ ਸਫਾਈ ਹੋ ਗਈ। ਰੱਖਦੀ ਦੇ ਲਾ, ਉਹਨਾਂ ਸਿੱਟੀ ਜਾਂਦੀ, ਉਹਨਾਂ ਚੱਕੀ ਜਾਂਦੀ। ਬੈਡ ਲੱਗ ਗਿਆ, ਝੰਡਾ ਕੱਢ ਉਧਰੋਂ, ਝੰਡਾ ਕੱਢੀ ਤੋੜਤਾ। ਖਰਾਬ ਨਹੀਂ ਕਰਨਾ, ਲਓ ਜੀ ਬੈੱਡ ਲਾ ਦਿੱਤੇ ਇੱਥੇ। ਗਰਮੀ ਬਹੁਤ ਜ਼ਿਆਦਾ ਆ, ਜੱਸੂ ਵੀ ਬਾਹਰ ਗਰਮੀ ਦੇ ਵਿੱਚ ਰੱਖਿਆ, ਅਤੇ ਬੱਚਾ ਫੜਨ ਨੂੰ ਵੀ ਕੋਈ ਹੈ ਨਹੀਂ ਗਾ, ਅਤੇ ਪ੍ਰਾਹੁਣੇ ਵੀ ਆ ਰਹੇ ਆ ਫਟਾਫਟ, ਹੁਣ ਕੰਮ ਖਿੱਚਣਾ ਪੈਣਾ ਸਾਰਾ ਹੀ, ਜਿੰਨਾ ਵੀ ਹੁੰਦਾ ਕਰਦੀ ਹੈ ਫਟਾਫਟ। ਨੌ ਵੀ ਝਾੜੂ ਝੂੜੂ ਫਿਰ ਗਿਆ ਸਾਰਾ ਹੀ। ਤੁਸੀਂ ਸਾਰੇ ਜਣੇ ਇੱਥੇ ਬਲੋਗ ਨਾਲ ਬਣੇ ਰਹੋ, ਅਤੇ ਆਪਾਂ ਇੱਧਰ ਕੰਧ ਵੀ ਕਰਨੀ ਆ, ਤਾਂ ਸ਼ਾਇਦ ਖਾਣਾ ਵੀ ਪੂਰਦੀ ਹੈ, ਅਤੇ ਲੁੱਕ ਜਿਹੜੀ ਪ੍ਰੋਪਰ ਆ ਉਹ ਇੱਕ ਦੋ ਦਿਨ ਤੱਕ ਤੁਹਾਡੇ ਸਾਹਮਣੇ ਆ ਜਾਣੀ ਸਾਰੀ, ਅਤੇ ਹਜੇ ਤੱਕ ਰਹਿੰਦਾ ਕੰਮ ਬਹੁਤ, ਕਿਉਂਕਿ ਡੈਡੀ ਮੰਮੀ ਹੁਣੀ ਘਰ ਹੈ ਨਹੀਂ ਗਏ, ਅਤੇ ਅੱਜ ਕੰਮ ਬਹੁਤਾ ਹੱਟ ਤੋਂ ਹੋਇਆ ਨਹੀਂ, ਜਿੰਨਾ ਕੁ ਹੋਇਆ ਆਪਾਂ ਕਰ ਲਿਆ, ਅਤੇ ਉੱਦਾਂ ਵੀ ਸਿਹਤ ਠੀਕ ਨਹੀਂ ਸੀ, ਸਿਰ ਦਰਦ ਕਰਨ ਡਿਆ ਸੀਗਾ, ਉਹਦੇ ਕਰਕੇ ਹੁਣ ਦਵਾਈ ਵੀ ਖਾਧੀ, ਅਤੇ ਹੁਣ ਲੱਗੀ ਕੰਮ ਕਰਨ। ਪੱਖਾ ਪੁੱਖਾ ਬੰਦ ਕਰਕੇ ਲੱਗੇ ਹਾਂ ਹੁਣ, ਗਰਮੀ ਬਹੁਤ ਆ, ਗਰਮੀ ਹਟਦੀ ਨਹੀਂ ਹੈਗੀ, ਅਤੇ ਅੱਜ ਆ ਰਹੀ ਆ ਭਾਬੀ, ਇਹਦੀ ਨਿਊ ਭਾਬੀ, ਤੁਸੀਂ ਦੇਖੋਗੇ ਅੱਜ, ਪਰ ਦੇਖ ਤਾਂ ਨਹੀਂ ਹੋਣੀ, ਦੇਖੋਗੇ ਸ਼ਾਇਦ, ਸ਼ਾਇਦ ਦੇਖੋ ਜੇ ਹੋ ਗਿਆ ਕਬੂਲ, ਕਬੂਲ ਹੈ, ਕਬੂਲ ਹੈ, ਹੋ ਗਿਆ। ਬਾਕੀ ਮੈਰਿਜ ਜਿਹੜੀ ਆ ਇਹ ਬ੍ਰਦਰ ਦੀ ਮੈਰਿਜ ਹੋ ਗਈ ਆ, ਆਪਾਂ ਦੱਸਣਾ ਹੀ ਸਾਰਿਆਂ ਨੂੰ। ਗਏ ਸੀਗੇ, ਉਹ ਐਮਰਜੈਂਸੀ ਵਿਆਹ ਸੀ, ਐਮਰਜੈਂਸੀ ਵਿਆਹ ਦੇ ਵਿੱਚ ਤੁਹਾਨੂੰ ਪਤਾ ਇੱਦਾਂ ਹੀ ਜਾਣਾ ਪੈਂਦਾ ਹੈ, ਅਤੇ ਇਸ ਕਰਕੇ ਆਪਾਂ ਬਹੁਤਾ ਨੇਰ ਵੀ ਦੱਸਿਆ ਕੁਛ ਵੀ, ਉੱਦਾਂ ਬਲੌਗ ਰੈਡੀ ਪਿਆ ਸਾਡੇ ਤੋਂ, ਪਰ ਅਸੀਂ ਅਪਲੋਡ ਨਹੀਂ ਕਰਨਾ ਹੈਗਾ ਜਿੰਨਾ ਚਿਕਰ ਪਾਸ ਨਹੀਂ ਹੁੰਦਾ ਸਾਰਾ ਕੁਛ। ਜ਼ਰੂਰ ਪਾਵਾਂਗੇ, ਜ਼ਰੂਰ ਪਾਵਾਂਗੇ, ਜਿੰਨਾ ਵੀ ਹੋ ਸਕਿਆ ਪਾਵਾਂਗੇ। ਬਲਾਰ ਕਰਕੇ ਪਾ ਦਾਂਗੇ, ਲਓ ਜੀ ਫਟਾਫਟ ਆਪਾਂ ਸਫਾਈ ਕਰ ਲਈ ਆ, ਵਿਹੜੇ ਝਾੜੂ ਝੂੜੂ ਮਾਰਤਾ ਦੋਨਾਂ ਜਣਿਆਂ ਨੇ ਰੁਲ ਕੇ, ਅਤੇ ਕਮਰੇ ਦੇ ਵਿੱਚ ਤਾਂ ਹੈਰਾਨ ਕਰਨ ਵਾਲਾ ਸੀਗਾ, ਅਤੇ ਬਾਕੀ ਹੁਣ ਪ੍ਰਾਹੁਣੇ ਆ ਰਹੇ ਆ, ਇੱਧਰ ਵੀ ਸਾਰੀ ਐਨ ਸਫਾਈ ਸਫੂਈ ਕਰਤੀ ਆ ਪ੍ਰਾਹੁਣੇ ਦੇ ਆਉਣ ਤੋਂ ਪਹਿਲੇ ਪਹਿਲੇ, ਅਤੇ ਆਹ ਵੀ ਤੋੜਨੇ ਆ ਕਿਸੇ ਦਿਨ, ਇਹ ਵੀ ਕੰਮ ਨਿਬੇੜਨਾ ਪਹਿਲਾਂ ਵੀ ਹੋਈ ਸੀ, ਉਹ ਦਿਖਾ ਲਿਆ ਜੋ ਫਟਾਫਟ ਕੀਤਾ ਹੋਵੇ, ਬਾਕੀ ਤਾਂ ਹੌਲੀ ਹੌਲੀ ਤਾਂ ਕਰਦੇ ਹਾਂ, ਜਿਹਦੇ ਸਾਰਾ ਕੁਛ ਇਹ ਆਪਾਂ ਕੀਤਾ ਹੈਗਾ ਅੱਧੇ ਘੰਟੇ ਦੇ ਵਿੱਚ ਵਿੱਚ ਸਾਰਾ ਕੁਛ ਕੀਤਾ, ਜੋ ਵੀ ਗੰਦਾ ਲੱਗਦਾ ਹੈ ਸਾਰਾ ਕੁਛ ਸਾਫ਼ ਕਰਕੇ ਸਾਰਾ ਕਲੀਅਰ ਕਰਕੇ, ਲੈ ਵੀ
ਹੋ ਗਿਆ ਉਹਦਾ ਸਪੈਨਲ। ਚਲੋ ਆ ਜਾਓ ਅਤੇ ਇੱਧਰ ਹੁਣ ਸਾਡੇ ਦੇਵੀ ਦੇਵੀ ਕੀ ਕਰਦੇ ਪਏ ਜੱਥੂ ਦੇ ਲੋਕ ਕਰਦੀ ਹੈ ਲੈ ਆ ਇੱਥੇ ਬੈਠੀ ਹੈ ਤੈਨੂੰ ਕਿਹਾ ਹੁਣ ਖਿਲਾ ਆਹ ਸੈੱਲ ਮੂੰਹ 'ਚ ਪਾਈ ਜਾਂਦੀ ਜੇ ਤਾਂ ਖੋਲੋ ਰੋਣ ਆਪਾਂ ਹੀ ਦੇਖੀ ਹੁਣ ਲੈ 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 ਸੈੱਲ ਮੂੰਹ 'ਚ ਪਾਈ ਜਾਂਦੀ ਹੁਣ ਕੀ ਕਰੇ ਬੰਦਾ ਨਿਆਣੇ ਨੇ ਇਹਨੂੰ ਬੜੇ ਤੇ ਬੜੇ ਸੀਗੇ ਅਤੇ ਹੁਣ ਆਪਾਂ ਨਹਾਉਣ ਲੱਗੇ ਹਾਂ ਸਵੇਰ ਦਾ ਜਿਹੜਾ ਕੰਮ ਨਿਬੇੜ ਲਿਆ ਕਾਫੀ ਆਪਾਂ ਤਾਂ ਅਤੇ ਹੁਣ ਜਿਹੜਾ ਆ ਗੈਸਟ ਪ੍ਰਾਹੁਣੇ ਆ ਰਹੇ ਆ ਅਮਨ ਦੀ ਨਵੀਂ ਭਾਬੀ ਜਿਹੜੀ ਉਹ ਆ ਰਹੀ ਆ ਅਤੇ ਤੁਸੀਂ ਵੀ ਜ਼ਰੂਰ ਦੇਖਿਓ ਵਲੌਗ ਨਾਲ ਇੱਦਾਂ ਹੀ ਬਣੇ ਰਹੋ ਸਾਰੇ ਜਾਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਪਿਆਰਾ ਜਿਹਾ ਕਮੈਂਟ ਕਰ ਦਿਓ ਅਤੇ ਦੇਖਦੇ ਹਾਂ ਕਿੰਨੇ ਕੁ ਵਜੇ ਆਉਂਦੇ ਆ ਹੁਣ ਅਮਨ ਆ ਰਹੀ ਆ ਫਿਰ ਹੁਣ ਮੈਂ ਨਹਾਉਣ ਜਾਣਾ ਅਤੇ ਇੱਥੇ ਜੱਸੂ ਹੁਣੀ ਖੇਡ ਰਹੇ ਆ ਇਹ ਤੁਹਾਨੂੰ ਦਿਖਾਉਂਦਾ ਮੈਂ ਇੱਧਰ ਸਹਿਜੂ ਲੱਗੀ ਆ ਕੌਣ ਕੌਣ ਮਿਸ ਕਰ ਰਿਹਾ ਮੰਮੀ ਡੈਡੀ ਹੁਣਾਂ ਨੂੰ ਦੱਸਿਓ ਕਮੈਂਟ ਬਾਕਸ ਵਿੱਚ ਜ਼ਰੂਰ ਇਹ ਹੁਣਾਂ ਦੇ ਗਏ ਆ ਖਬਰ ਨੂੰ ਜੱਛੂ ਦੀ ਗੱਡੀ ਜੱਛੂ ਦੀ ਗੱਡੀ ਰਹਿਣ ਦੇ ਕੋਈ ਗੱਲ ਨਹੀਂ ਉੱਥੇ ਕਰਦੇ ਫਿਰ ਤੂੰ ਆਪ ਕਰਦੇ ਐਵੇਂ ਬੋਲਦੀ ਰਹਿੰਦੀ ਬਿਨਾਂ ਗੱਲ ਸਟੈਂਡ ਆ ਲੱਗਾ ਸਟੈਂਡ ਚੱਕ ਲਾ ਦੇ 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 ਇਹਨੇ ਬੁਲਟ ਚਲਾਉਣਾ ਦੇ ਦੇਖ ਆ ਉੱਥੇ ਲੈ ਕੇ ਜਾਣਾ ਮੋਟਰਸਾਈਕਲ ਸਾਹਮਣੇ ਨਹੀਂ ਹੁੰਦਾ ਲੈ 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 ਫੜੀ ਨਹੀਂ ਆਹ ਸਹਿ ਦੇ ਉਹ ਮੋਟਰਸਾਈਕਲ ਤਾਂ ਸਾਹਮਣੇ ਹੁੰਦਾ ਹੋਏ ਵੇ ਲੈ ਬਸ ਜੀ ਕਿੰਨਾ ਕੁ ਭਾਰ ਕਿਤੇ ਮੋਟਰਸਾਈਕਲ ਦਾ ਲਓ ਜੀ ਪ੍ਰਾਹੁਣਿਆਂ ਦੀ ਤਿਆਰੀਆਂ ਹੋ ਰਹੀਆਂ ਫੁੱਲ ਸਪੀਟਾਂ ਤੇ ਅੱਜ ਆ ਰਿਹਾ ਭਰਾ ਇਹਦਾ ਤੇ ਭਾਬੀ ਇਹਦੀ ਕਿੱਦਾਂ ਦੇਖ ਰੂਪ ਸ਼ਿੰਗਾਰਿਆ ਮੂੰਹ ਦੇ ਸਮਾਈਲਾਂ ਦੇਖੋ ਕਿੱਦਾਂ ਚੜੀਆਂ ਆ ਅੱਗੇ ਭਰਾ ਇਹਦਾ ਆ ਰਿਹਾ ਦੇਖ ਟਮਾਟਰ ਦੇ ਵਿੱਚ ਲੱਗੇ ਅੱਜ ਇਹਦੀ ਭਰਾ ਤੇ ਭਰਜਾਈ ਆ ਰਹੇ ਆ ਤੇ ਵਿਆਹ ਕਰਾ ਕੇ ਪਹਿਲੀ ਵਾਰੀ ਪਹੁੰਚ ਰਹੇ ਆ ਸਾਡੇ ਘਰ ਤੇ ਦੇਖਦੇ ਆ ਕੀ ਹੁੰਦਾ ਆ ਤਾਂ ਕੀ ਨਹੀਂ ਹੁੰਦਾ ਆ ਮਸਲਾ ਮੂੰਗੀ ਦੀ ਦਾਲ ਤਾਂ ਮੈਂ ਇਹਨੂੰ ਕਿਹਾ ਬਣਾ ਲਾ ਇਹ ਕਹਿੰਦੀ ਸ਼ਾਹੀ ਪਨੀਰ ਬਣਾਉਣਾ ਮਟਰ ਪਨੀਰ ਅੱਛਾ ਕਿਉਂਕਿ ਮੈਂ ਕਿਹਾ ਫਿਰ ਰੈਡੀ ਸਵਾਨ ਹੈ ਨਾ ਆ ਪਿਆਜ਼ ਤੇ ਟਮਾਟਰ ਮੈਂ ਕਰ ਲੈਣੇ ਆ ਇਹ ਉੱਚ ਵੀ ਪੈਣੇ ਆ ਇਹ ਉੱਚ ਵੀ ਪੈਣੇ ਆ ਤੇ ਤੁਸੀਂ ਚੇਤਾ ਨਾ ਭੁੱਲੋ ਥੱਲੇ ਲਾਈਕ ਦਾ ਬਟਨ ਲਾਈਕ ਕਰ ਦਿਓ ਫਟਾਫਟ ਤੇ ਚੈਨਲ ਨੂੰ ਜਿਨ੍ਹਾਂ ਨੇ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਕਰ ਦਿਓ ਤੇ ਸਾਡਾ ਕੱਲ੍ਹ ਦਾ ਜਿਹੜਾ ਵਲੌਗ ਬੜਾ ਇੰਟਰਸਟਿੰਗ ਆਉਣਾ ਆ ਤਾਂ ਤੁਸੀਂ ਇੱਦਾਂ ਵਲੌਗਾਂ ਨਾਲ ਬਣੇ ਰਹੋ ਸਾਡਿਆਂ ਨਾਲ ਤੇ ਤੁਸੀਂ ਕੁਝ ਕਹਿਣਾ ਚਾਹੁੰਦੇ ਆ ਤਾਂ ਤੁਸੀਂ ਕਹਿ ਸਕਦੇ ਹੋ ਕਹਿੰਦੇ ਸੀ ਕਿ ਭਾਬੀ ਦਾ ਫੇਸ ਦਿਖਾਓ ਫੇਸ ਦਿਖਾਓ ਫੇਸ ਵੀ ਤਾਂ ਦਿਖਾਵਾਂਗੇ ਬਸ ਤੁਸੀਂ ਸਪੋਰਟ ਕਰਦੇ ਰਹੋ ਇੱਦਾਂ ਹੀ ਪਿਆਰ ਕਰਦੇ ਰਹੋ ਫੇਸ ਦੇਖਣਾ ਹੀ ਆ ਇੱਕ ਦਿਨ ਸਾਰਿਆਂ ਨੇ ਕੋਈ ਨਹੀਂ ਕਦੀ ਲੇਟ ਹੋ ਗਿਆ ਕੋਈ ਘੱਟ ਹੋ ਗਿਆ ਤੇ ਇੱਕ ਨਾ ਇੱਕ ਦਿਨ ਦੇਖਣਾ ਹੀ ਆ ਜਦੋਂ ਚਲੋ ਦੇਖੋ ਜਦੋਂ ਕਹਿਣਗੇ ਉਦੋਂ ਹੋ ਜਾਊਗਾ ਸਾਨੂੰ ਕੋਈ ਇਦਾਂ ਕੋਈ ਇਹਦੇ ਵਿੱਚ ਨਹੀਂ ਹੈਗਾ ਇੱਕ ਕਮੈਂਟ ਆਇਆ ਕਹਿੰਦੇ ਨਾ ਉਹ ਕੋਈ ਗੱਲ ਨਹੀਂ ਰੀਲਾਂ ਤਾਂ ਇਹਨੇ ਬਣਾਉਂਦੇ ਹੀ ਰਹਿਣਾ ਕਿਤੇ ਨਾ ਕਿਤੇ ਦਿਖਾਉਣਾ ਹੀ ਪੈਣਾ ਇਹਨਾਂ ਨੂੰ ਆਹ ਦਿਖਾ ਲੈਣਾ ਤਾਂ ਪੈਣਾ ਹੀ ਆ ਹੁਣ ਇੱਕ ਨਾ ਇੱਕ ਦਿਨ ਦਿਖਾ ਲੈਣਾ ਹੀ ਅੱਜ ਨਹੀਂ ਕੱਲ੍ਹ ਨੂੰ ਨਹੀਂ ਇੱਕ ਨਾ ਇੱਕ ਦਿਨ ਤਾਂ ਸ਼ੋਅ ਹੋਣਾ ਹੀ ਆ ਮੈਨੂੰ
ਬਾਕੀ ਅਸੀਂ ਬਹੁਤਾ ਫੋਰਸ ਨਹੀਂ ਕਰੀਦਾ ਹੈਗਾ, ਜੇ ਅਗਲੇ ਨੇ ਕਿਹਾ ਨਹੀਂ ਤਾਂ ਆਪਾਂ ਨਹੀਂ, ਸਾਨੂੰ ਕੋਈ ਏਡਾ ਨਹੀਂ ਹੈਗਾ, ਆਪਾਂ ਕੋਈ ਏਡਾ ਫੋਰਸ ਨਹੀਂ ਕਰੀਦਾ ਕਿ ਆਪਾਂ ਜਾਂ ਦਿਖਾ ਦੇਣਾ ਜਾਂ ਚਾੜ ਦੇਣਾ ਆ, ਅਗਲੇ ਕਿਹਾ ਨਹੀਂ ਤਾਂ ਆਪਾਂ ਨਹੀਂ, ਕਹਿਤਾ ਗੱਲ ਖਤਮ, ਤੇ ਅਸੀਂ ਆਪਣੇ ਤਾਂ ਜਦੋਂ ਓਪਨ ਕਰ ਦੇਣਗੇ ਅਸੀਂ ਚਾੜ ਦੇਵਾਂਗੇ, ਤੇ ਤੁਸੀਂ ਸਾਡਾ ਬਲੌਗ ਦੇਖ ਲਿਓ, ਅਸੀਂ ਉਹਨੂੰ ਸਾਈਡ 'ਤੇ ਰੱਖ ਲੈਂਦੇ ਇੱਕ ਸਾਈਡ ਕੱਢ ਕੇ, ਅਤੇ ਬਾਕੀ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਹੀ ਲਿਆ ਹੋਣਾ, ਜਿਨ੍ਹਾਂ ਨੇ ਨਹੀਂ ਕੀਤਾ ਹੈਗਾ ਉਹ ਕਰ ਲਓ, ਅਤੇ ਫਟਾਫਟ ਕਮੈਂਟ ਕਰੋ ਵਧੀਆ ਜੇ, ਅਤੇ ਫਿਰ ਆਪਾਂ ਤੁਹਾਡੇ ਕਮੈਂਟ ਦਾ ਰਿਪਲਾਈ ਕਰਦੇ ਹਾਂ ਘੈਂਟ ਜਿਹਾ, ਅਤੇ ਇੱਦਾਂ ਹੀ ਤੁਸੀਂ ਹੁਣ ਸਾਨੂੰ ਪਿਆਰ ਕਰਦੇ ਰਹੇ ਹੋ, ਤੁਸੀਂ ਸਾਡੇ ਸਾਰੇ ਬਲੌਗਸ ਨੂੰ ਬਹੁਤ ਸਾਰਾ ਪਿਆਰ ਦੇ ਰਹੇ ਹੋ, ਦਿਲੋਂ ਥੈਂਕਸ ਕਰਦੇ ਹਾਂ। ਅਤੇ ਨਾਮ ਸੀ ਕੁਸ਼ਕ, ਅਤੇ ਕਾਹਲੀ ਕਾਹਲੀ ਵਿੱਚ ਅੱਜ ਨਾ ਕੰਮ ਬਹੁਤ ਜ਼ਿਆਦਾ ਸੀ ਮੈਨੂੰ, ਇਸ ਕਰਕੇ ਮੈਂ ਮਾਫ਼ੀ ਚਾਹੁੰਦੀ ਹਾਂ ਕਿ ਨਾਮ ਨਹੀਂ ਲਿਆ, ਨਾਮ ਲਿਖਣੀ ਹੋਏ ਲਿਖ ਕੇ, ਤਾਂ ਫਿਰ ਆਪਾਂ ਕਿਉਂਕਿ ਅੱਜ ਮੰਮੀ ਡੈਡੀ ਵੀ ਘਰ ਹੈ ਨੀਗੇ, ਜੇ ਮੰਮੀ ਡੈਡੀ ਹੁਣੀ ਘਰ ਹੁੰਦੇ ਤਾਂ ਫਿਰ ਸਾਡਾ ਥੋੜ੍ਹਾ ਅੱਧਾ ਕੰਮ ਹੋ ਜਾਂਦਾ ਆ, ਕਿਉਂਕਿ ਮੰਮੀ ਹੁਣੀ ਬੱਚਿਆਂ ਨੂੰ ਫੜ ਲੈਂਦੇ ਆ, ਤਾਂ ਫਿਰ ਮੈਂ ਲਿਖ ਲੈਣੀ ਸੀ ਸਾਰੇ, ਇਸ ਕਰਕੇ ਲਿਖ ਨਹੀਂ ਹੋਏ, ਸਾਨੂੰ ਮਾਫ਼ ਕਰਿਓ, ਕਿਉਂਕਿ ਬਹੁਤ ਸਾਰੇ ਕਮੈਂਟ ਹੁੰਦੇ ਜੀ ਮੇਰਾ ਨਾਮ ਲੈ ਦਿਓ, ਮੈਂ ਜ਼ਰੂਰ ਲਊਂਗੀ ਸਾਰਿਆਂ ਦੇ ਨਾਮ ਲਵਾਂਗੇ, ਕੱਲ੍ਹ ਤਾਂ ਲੈ ਹੋ ਹੀ ਜਾਣੇ ਹੈ ਨਾ, ਹਾਂਜੀ ਸਾਰਿਆਂ ਦੇ ਨਾਮ ਲਵਾਂਗੇ, ਗੱਲ ਇੱਦਾਂ ਕਿ ਹੁਣ ਸਾਡੇ ਨਾਲ ਬੱਚਿਆਂ ਕਰਕੇ ਅੱਜ ਸਾਡਾ ਬਲੌਗ ਵੀ ਜਿਹੜਾ ਆਪਾਂ ਕਾਲੀ ਕਾਲੀ 'ਚ ਬਣਾਇਆ ਹੈਗਾ ਹੈ ਵੀ, ਅਤੇ ਬਾਕੀ ਨਾਮ ਆਪਾਂ ਸਾਰਿਆਂ ਦੇ ਲਵਾਂਗੇ, ਕੋਈ ਨਹੀਂ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ, ਪਰਮਾਤਮਾ ਸਭ ਨੂੰ ਚੜ੍ਹਦੀ ਕਲਾ 'ਚ ਰੱਖੇ, ਤੰਦਰੁਸਤੀਆਂ ਰੱਖੋ, ਹੱਸਦੇ ਵੱਸਦੇ ਰਹੋ, ਬਾਏ ਬਾਏ।